ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਹਾਊਸਿੰਗ ਦੀ ਸਮੱਸਿਆ ਦੇ ਹੱਲ ਲਈ ਬਿਲਡਰਾਂ ਵੱਲੋਂ ਫਲੈਟਾਂ ਦਾ ਨਿਰਮਾਣ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਖਰੀਦ ਕੇ ਸ਼ਹਿਰ ਦੇ ਲੋਕ ਰਿਹਾਇਸ਼ ਕਰਦੇ ਨੇ। ਫਲੈਟਾਂ ਦੇ ਨਿਰਮਾਣ ਤੋਂ ਲੈ ਕੇ ਇਹਨਾਂ ਦੀ ਵਿਕਰੀ ਤੱਕ ਇੱਕ ਤੈਅਸ਼ੁਦਾ ਪ੍ਰਕਿਰਿਆ ਦਾ ਪਾਲਣ ਜ਼ਰੂਰੀ ਹੁੰਦਾ ਹੈ। ਪਰ ਜ਼ੀਰਕਪੁਰ ਵਿੱਚ ਬਿਲਡਰਾਂ ਵੱਲੋਂ ਬਿਲਡਿੰਗਾਂ ਬਣਾਉਣ ਦੇ ਮਾਮਲੇ ਵਿੱਚ ਕੰਪਲੀਸ਼ਨ ਸਰਟੀਫਿਕੇਟ ਲਏ ਬਗੈਰ ਲੋਕਾਂ ਨੂੰ ਰਿਹਾਇਸ਼ ਲਈ ਫਲੈਟ ਅਲਾਟ ਕਰਨ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਬਿਲਡਰਾਂ ਵੱਲੋਂ ਪੁੱਡਾ ਗਮਾਡਾ ਜਾਂ ਟਾਊਨ ਪਲੈਨਰ ਤੋਂ ਬਿਲਡਿੰਗਾਂ ਬਣਾਉਣ ਦੀ ਇਜਾਜ਼ਤ ਲੈਣ ਉਪਰੰਤ ਜ਼ਿਆਦਾਤਰ ਬਿਲਡਰ ਕੰਪਲੀਸ਼ਨ ਸੰਬੰਧੀ ਸਰਕਾਰੀ ਨਿਯਮਾਂ ਦਾ ਪਾਲਣ ਨਹੀਂ ਕਰਦੇ। ਕਾਨੂੰਨ ਮੁਤਾਬਿਕ ਕਲੋਨੀ ਕੱਟਣ ਜਾਂ ਪ੍ਰੋਜੈਕਟ ਬਣਾਉਣ ਤੋਂ ਬਾਅਦ ਕੰਪਲੀਸ਼ਨ ਸਰਟੀਫਿਕੇਟ ਨਾ ਹੋਣ ਦੀ ਸੂਰਤ ਵਿੱਚ ਬਿਲਡਰ ਜਾਂ ਕਲੋਨੀ ਨੇਜ਼ਰ ਕਿਸੇ ਵੀ ਵਿਅਕਤੀ ਨੂੰ ਕਬਜ਼ਾ ਨਹੀਂ ਦੇ ਸਕਦਾ। ਪਰ ਜ਼ੀਰਕਪੁਰ ਵਿੱਚ ਕਥਿਤ ਤੌਰ ਤੇ ਸਰਕਾਰੀ ਅਧਿਕਾਰੀਆਂ ਦੀ ਮਿਲੀ ਭਗਤ ਨਾਲ ਤਕਰੀਬਨ 95% ਬਿਲਡਰਾਂ ਨੇ ਕੰਪਲੀਸ਼ਨ ਸਰਟੀਫਿਕੇਟ ਲਏ ਬਿਨਾਂ ਹੀ ਲੋਕਾਂ ਨੂੰ ਫਲੈਟ ਦਿੱਤੇ ਨੇ। ਇਸ ਨਾਲ ਫਲੈਟਾਂ ਵਿੱਚ ਮੁਹੱਈਆ ਸੁਵਿਧਾਵਾਂ ਸੰਬੰਧੀ ਸ਼ੰਕੇ ਉੱਭਰ ਰਹੇ ਨੇ। ਉਧਰ ਮਾਮਲੇ ਸੰਬੰਧੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਵੀ ਭਗਤ ਨੇ ਰਿਪੋਰਟ ਮੰਗਵਾਉਣ ਦੀ ਗੱਲ ਕਹੀ ਅਤੇ ਇੱਕ ਹਫ਼ਤੇ ਦੇ ਅੰਦਰ ਅੰਦਰ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਜਾਂਦਾ ਕਿ ਕੁਝ ਬਿਲਡਰਸ ਹੈਗੇ ਜਿਨ੍ਹਾਂ ਨੇ ਬਿਲਡਿੰਗਾਂ ਬਣਾਈਆਂ ਔਰ ਪੋਜੈਸ਼ਨਸ ਵੀ ਅਲਾਟਿਸ ਨੂੰ ਦੇ ਦਿੱਤੇ ਗਏ, ਪਰ ਅਜੇ ਕੰਪਲੀਸ਼ਨ ਸਰਟੀਫਿਕੇਟ ਉਹਨਾਂ ਨੂੰ ਨਹੀਂ ਰਹਿ ਗਿਆ। ਅਸੀਂ ਇਮੀਡੀਏਟਲੀ ਇਹਦਾ ਸਰਵੇ ਕਰਾ ਲੈਂਦੇ ਹਾਂ, ਜਿਹੜੀ ਤੁਸੀਂ ਲਿਸਟ ਹੋਊਗੀ ਉਹ ਵੀ ਚੈੱਕ ਕਰਵਾ ਲਵਾਂਗੇ ਤਾਂ ਕਿ ਜਿਹੜੇ ਅਲਾਟਿਸ ਹੈਗੇ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਧੱਕਾ ਨਾ ਹੋ ਸਕੇ ਔਰ ਅਲਾਟੀ ਨੂੰ ਨੁਕਸਾਨ ਨਾ ਹੋਵੇ। ਕੰਪਲੀਸ਼ਨ ਸਰਟੀਫਿਕੇਟ ਦੇ ਅੰਦਰ ਜਿਹੜੀ ਜਿਹੜੀ ਚੀਜ਼ਾਂ ਮੁਕੰਮਲ ਹੋਣੀਆਂ ਚਾਹੀਦੀਆਂ ਸੀਗੀਆਂ ਉਹ ਮੁਕੰਮਲ ਕੀਤੀਆਂ ਗਈਆਂ ਨਹੀਂ ਕੀਤੀਆਂ ਗਈਆਂ ਉਹ ਸਾਡੀ ਅਲੱਗ ਅਲੱਗ ਬ੍ਰਾਂਚਿਸ ਹੈਗੀਆਂ ਉਹ ਚੈੱਕ ਕਰਨਗੇ।